ਦਾ ਕੰਮ ਸਟਾਰਟ ਕਰਿਆ ਸੀਗਾ ਉਦੋਂ ਇਹਨੂੰ ਅਸੀਂ 90,000 ਰੁਪਇਆ ਜੇ ਕਿਤੇ ਟਕਾਇਆ ਸੀਗਾ 90,000 ਰੁਪਇਆ ਦਿੱਤਾ ਸੀ ਇਹਨੇ ਹੁਣ ਵੀ ਯਾਰ ਪੀਏ ਮੰਗਦਾ ਸੀ ਮੈਥੋਂ ਮੈਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਸੀਗਾ ਅੰਮ੍ਰਿਤਪਾਲ ਸਿੰਘ ਦਾ ਵੀ ਮੈਨੂੰ ਪੈਸੇ ਦੇ ਨਹੀਂ ਤੇਰੇ ਤੇ ਪਰਚਾ ਕਰਾਵਾਂ ਅਸੀਂ ਸਿਰਫ ਮਨੋਰੰਜਨ ਲਈ ਵੀਡੀਓ ਬਣਾਉਣਾ ਬਾਕੀ ਅਸੀਂ ਵੀਡੀਓ ਦੇ ਪਹਿਲਾਂ ਸਟਾਰਟਿੰਗ ਦੇ ਵਿੱਚ ਕਹਿੰਦੇ ਆ ਕਿ ਸਾਡੀ ਵੀਡੀਓ ਦੇ ਵਿੱਚ ਭਾਈ ਗਾਲਾਂ ਨਿਕਲ ਜਾਂਦੀਆਂ ਨੇ ਇਸ ਕਰਕੇ ਸਮਾਜ ਸੇਵਕ ਸੱਭਿਆਚਾਰ ਸਾਡੀ ਵੀਡੀਓ ਨਾ ਦੇਖੋ ਤੁਸੀਂ ਪਹਿਲਾਂ ਕਹਿੰਦੇ ਆ ਇਹ ਬੰਦਾ ਮੈਥੋਂ ਪੈਸੇ ਮੰਗਦਾ ਸੀਗਾ ਹੁਣ ਇਸ ਵਾਰ 2 ਲੱਖ ਰੁਪਇਆ ਮੰਗਦਾ ਸੀਗਾ ਮੈਂ ਵੀ ਮੈਂ ਪੈਸੇ ਨਹੀਂ ਦੇਣਾ ਮੇਰੇ ਕੋਲ ਕੋਈ ਪੈਸੇ ਨਹੀਂ ਤੇਰੇ ਤੇ ਪਰਚਾ ਕਰਾਵਾਂਗੇ ਜਿਹੜਾ ਅਸਲੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਉਹ ਇਹਨਾਂ ਹੱਥੇ ਬੰਦੇ ਨੇ ਬਾਹਰ ਹੀ ਨਹੀਂ ਕਰਤਾ ਹਾਂ ਇਹ 13 ਬੰਦਿਆਂ ਨੇ ਇੱਕ ਬੰਦਾ ਨੇ ਹੱਥੇ ਬੰਦੇ ਨੇ ਮੈਨੂੰ ਆ ਕੇ ਬੁਲਾ ਕੇ ਕਹਿੰਦੇ ਆ ਜਾ ਬਈ ਉਰੇ ਮਾੜਾ ਜਾ ਬੁਲਾ ਕੇ ਇਹਨਾਂ ਨੇ ਮੇਰੇ ਤੇ ਵਾਰ ਕੀਤਾ ਇਹ ਸਭ ਆਪਣੇ ਸਿੱਖੀ ਨੂੰ ਬਦਨਾਮ ਕਰ ਰਹੇ ਬੰਦੇ ਇਹ ਗੁੰਡੇ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਬੰਦਿਆਂ ਦੇ ਡਾਂਗਾ ਮਾਰੇ ਨੇ ਇਦਾਂ ਕਰਦੇ ਨੇ ਇਹ ਅੰਮ੍ਰਿਤਪਾਲ ਸਿੰਘ ਇਹਦੇ ਨਾਲ 4-5 ਬੰਦੇ ਹੋਰ ਨੇ ਬਾਕੀ ਮੈਨੂੰ ਬੁੱਢਾ ਦਾ ਵੀ ਫੋਨ ਆਇਆ ਵੀ ਸਾਡਾ ਇਹਨੇ ਗੱਲ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ ਇਹ ਪਕਾਉ ਇਹ ਪੈਸਾ ਭਾਲ ਦੇ ਇਹਨਾਂ ਕੋਲੇ ਕੰਮ ਕੀ ਆ ਸਿਰਫ ਪੈਸਾ ਜਿਹੜਾ ਬੰਦਾ ਮਾੜਾ ਫੇਮ ਹੋ ਗਿਆ ਬਸ ਉਹਦੇ ਜਾਂ ਪਰਚਾ ਕਰਾਉਣਗੇ 2 ਲੱਖ ਰੁਪਇਆ ਦੇ ਦੇ ਤੇਰੀ ਧਾਰਮਿਕ ਭਾਵਨਾ ਠੇਸ ਜਿਹੜੇ ਪਹੁੰਚੀਆਂ ਠੀਕ ਹੋ ਜਾਣਗੇ ਜਿਹੜੇ ਕਹਿੰਦੇ ਹੁਣ ਦੱਸ ਕਿੱਥੇ ਆਈ ਉੱਥੇ ਉਹਨੂੰ ਤਿਆਰ ਕਿੱਥੇ ਕੋਲ ਹੋ ਗਏ ਉੱਥੇ ਆਵਾਂਗੇ ਬੀਤੇ ਕੱਲ ਗੰਦੀਆਂ ਫਿਲਮਾਂ ਬਣਾਉਣ ਵਾਲੇ ਪ੍ਰੋਡਿਊਸਰ DXX ਦੀ ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਬਾਅਦ ਅੱਜ ਪ੍ਰੋਡਿਊਸਰ ਸਾਰਾ ਪਿੰਡ ਇਕੱਠਾ ਕਰਕੇ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਤੇ ਕਾਫੀ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਕਿਹਾ ਹੈ ਕਿ ਮੇਰੇ ਤੋਂ 2 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸੀ ਤੇ ਨਾ ਦੇਣ ਤੇ ਪਰਚੇ ਦੀਆਂ ਧਮਕੀਆਂ ਦੇ ਰਹੇ ਸਨ ਦੇਖੋ ਹੋਰ ਕੀ ਕਿਹਾ ਪ੍ਰੋਡਿਊਸਰ ਨੇ ਰੌਲਾ ਪਿਆ ਸੀਗਾ ਉਦੋਂ ਅਸੀਂ ਪਹਿਲਾਂ ਯੂਟਿਊਬ ਦਾ ਕੰਮ ਸਟਾਰਟ ਕਰਿਆ ਸੀਗਾ ਉਦੋਂ ਇਹਨੂੰ ਅਸੀਂ 90,000 ਰੁਪਇਆ ਦੇ ਕੇ ਟਕਾਇਆ ਸੀਗਾ 90,000 ਰੁਪਇਆ ਲਿੱਤਾ ਸੀ ਇਹਨੇ ਹੁਣ ਵੀ ਯਾਰ ਪੀਏ ਮੰਗਦਾ ਸੀ ਮੈਥੋਂ ਮੈਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਸੀਗਾ ਅੰਮ੍ਰਿਤਪਾਲ ਸਿੰਘ ਜਿਹੜਾ ਵੀ ਮੈਨੂੰ ਪੈਸੇ ਦੇ ਨਹੀਂ ਤੇਰੇ ਤੇ ਪਰਚਾ ਕਰਾਵਾਂਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਥਾਣੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਪਰਚਾ ਬਣਦਾ ਹੀ ਨਹੀਂ ਸੀਗਾ ਜਦੋਂ ਸਾਡੇ ਧਾਰਮਿਕ ਭਾਵਨਾ ਨਾਲ ਪਰਚਾ ਹੋ ਗਿਆ ਉਸ ਤੋਂ ਬਾਅਦ ਅਸੀਂ ਨਾ ਤਾਂ ਅਸੀਂ ਧਾਰਮਿਕ ਭਾਵਨਾ ਵਾਲੀ ਵੀਡੀਓ ਬਣਾਈ ਹੈ ਨਾ ਕੋਈ ਜਾਤੀ ਵਾਲੀ ਨਾ ਹੀ ਅਸੀਂ ਬਣਾਉਣੀ ਹੈ ਅਸੀਂ ਸਿਰਫ ਮਨੋਰੰਜਨ ਲਈ ਵੀਡੀਓ ਬਣਾਉਣਾ ਬਾਕੀ ਅਸੀਂ ਵੀਡੀਓ ਦੇ ਪਹਿਲਾਂ ਸਟਾਰਟਿੰਗ ਦੇ ਵਿੱਚ ਕਹਿੰਦੇ ਆ ਵੀ ਸਾਡੀ ਵੀਡੀਓ ਦੇ ਵਿੱਚ ਭਾਈ ਗਾਲਾਂ ਨਿਕਲ ਜਾਂਦੀਆਂ ਨੇ ਇਸ ਕਰਕੇ ਸਮਾਜ ਸੇਵਕ ਸੱਭਿਆਚਾਰ ਸਾਡੀ ਵੀਡੀਓ ਨਾ ਦੇਖੋ ਅਸੀਂ ਪਹਿਲਾਂ ਕਹਿੰਦੇ ਆ ਤੇ ਇਹ ਬੰਦਾ ਮੈਥੋਂ ਪੈਸੇ ਮੰਗਦਾ ਸੀਗਾ ਹੁਣ ਇਸ ਵਾਰ 2 ਲੱਖ ਰੁਪਇਆ ਮੰਗਦਾ ਸੀਗਾ ਮੈਂ ਵੀ ਮੈਂ ਪੈਸੇ ਨਹੀਂ ਦੇਣਾ ਮੇਰੇ ਕੋਲ ਕੋਈ ਪੈਸੇ ਨਹੀਂ ਤੇਰੇ ਤੇ ਪਰਚਾ ਕਰਾਵਾਂਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਤਾਂ ਉਹਲੇ ਥਾਣੇ 'ਚ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਏ ਇਹ ਕਹਿੰਦੇ ਤੇਰੇ ਟਾਈਮ ਚੱਕਾਂਗੇ ਮੈਂ ਕੋਈ ਗੱਲ ਨਹੀਂ ਇਹਨਾਂ ਨੇ ਇੰਸਟਾਗ੍ਰਾਮ ਤੇ ਨਾਲ ਦੀ ਨਾਲ ਸਾਰਾ ਆਪਦਾ ਅਕਾਊਂਟ ਬੰਦ ਕਰਤਾ ਇਹ ਫੇਮ ਪਾਲ ਦਾ ਬੰਦਾ ਹੈ ਅੰਮ੍ਰਿਤਪਾਲ ਸਿੰਘ ਜਿਹੜਾ ਅਸਲੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਉਹ ਇਹਨਾਂ ਹੱਥੇ ਬੰਦੇ ਤੇ ਬਾਹਰ ਹੀ ਨਹੀਂ ਕਰਦਾ ਹਾਂ ਇਹ 13 ਬੰਦਿਆਂ ਨੇ ਇੱਕ ਬੰਦਿਆਂ ਨੇ ਹੱਥੇ ਬੰਦੇ ਮੈਨੂੰ ਆ ਕੇ ਬੁਲਾ ਕੇ ਕਹਿੰਦੇ ਆਜਾ ਬਈ ਉਰੇ ਹੀ ਮਾੜਾ ਜਾ ਬੁਲਾ ਕੇ ਇਹਨਾਂ ਨੇ ਮੇਰੇ ਤੇ ਵਾਰ ਕੀਤਾ ਇਹ ਸਭ ਆਪਣੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਇਹ ਬੰਦੇ ਇਹ ਗੁੰਡੇ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਬੰਦਿਆਂ ਦੇ ਡਾਂਗਾ ਮਾਰੀ ਨੇ ਇੱਦਾਂ ਕਰਦੇ ਨੇ ਇਹ ਅੰਮ੍ਰਿਤਪਾਲ ਸਿੰਘ ਇਹਦੇ ਨਾਲ 4-5 ਬੰਦੇ ਹੋਰ ਨੇ ਬਾਕੀ ਮੈਨੂੰ ਬੁੱਢਾ ਦਾ ਇਹਨਾਂ ਦਾ ਵੀ ਫੋਨ ਆਇਆ ਵੀ ਸਾਡਾ ਨਿਹੰਗਾਂ ਦਾ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ ਇਹ ਬਕਾਊ ਨੇ ਪੈਸਾ ਭਾਲਦੇ ਨੇ ਇਹਨਾਂ ਕੋਲੇ ਕੰਮ ਕੀ ਆ ਸਿਰਫ ਪੈਸਾ ਜਿਹੜਾ ਬੰਦਾ ਮਾੜਾ ਫੇਮ ਹੋ ਗਿਆ ਬਸ ਉਹਦੇ ਜਾਂ ਪਰਚਾ ਕਰਾਉਣਗੇ 2 ਲੱਖ ਰੁਪਇਆ ਦੇ ਦੇ ਤੇਰੀਆਂ ਧਾਰਮਿਕ ਭਾਵਨਾ ਠੇਸ ਜਿਹੜੇ ਪਹੁੰਚੀ ਆ ਉਹ ਠੀਕ ਹੋ ਜਾਣਗੇ ਮਿੰਟ 'ਚ ਬਾਈ ਸਾਰੇ ਪਿੰਡ ਨੂੰ ਪਤਾ ਹੈ ਸਾਰੇ ਪਿੰਡ ਨੂੰ ਪਤਾ ਹੈ ਲੰਡੇ ਲੁੱਚੇ ਬੰਦੇ ਨੇ ਬਾਈ ਯਾਰ ਸਾਰੇ ਪਿੰਡ ਨੂੰ ਪਤਾ ਵੀ ਬੇਅਬਦੀ ਹੋਈ ਹੈ ਗੁਰੂ ਮਹਾਰਾਜ ਦੀ ਬੇਅਬਦੀ ਹੋਈ ਹੈ ਉੱਥੇ ਜਾ ਕੇ ਜ਼ੋਰ ਦਿਖਾਉਣਾ ਪ੍ਰੋਡਿਊਸਰ ਨੂੰ ਕੁੱਟ ਕੇ ਥੋੜਾ ਜ਼ੋਰ ਦਿਖਾਈਦਾ ਯਾਰ ਉਹੀ ਤਾਂ ਗੱਲ ਹੈ ਹੱਥੇ ਦੇ ਬਾਹਰ ਕਰਨਾ ਇਹਨੂੰ ਕਹਿੰਦੇ ਮੈਂ ਇੱਕ ਗੱਲ ਹੋਰ ਕਹਿਣਾ ਇਹਨੂੰ ਕਹਿੰਦੇ ਹੁਣ ਦੱਸ ਕਿੱਥੇ ਆਈਏ ਉੱਥੇ ਉਹਨੂੰ ਤਿਆਰ ਆ ਕਿੱਥੇ ਕਹੋਗੇ ਉੱਥੇ ਆਵਾਂਗੇ ਅਸੀਂ ਇਹਨੂੰ ਕਹਿੰਦੇ ਹੁਣ ਇਹਨੂੰ ਕਹਿੰਦੇ ਤੂੰ ਤਾਂ 90,000 ਰੁਪਏ ਲੈ ਕੇ ਨਾ ਤੂੰ ਪਹਿਲਾਂ ਉਹ ਹਾਂ ਬਈ ਪਹਿਲਾਂ ਲੈ ਕੇ ਤੂੰ 2 ਲੱਖ ਰੁਪਏ ਮੰਗਦੇ ਸੀ ਤੇ ਬਾਕੀ ਉਹ ਕਹਿੰਦੇ ਨੇ ਵੀਡੀਓ ਬੰਦ ਕਰ ਦੇਣਾ ਠੀਕ ਹੈ ਜੀ ਮੈਂ ਵੀਡੀਓ ਬੰਦ ਕਰ ਦੂੰਗਾ ਉਹਨਾਂ ਨੇ ਮੇਰੀ ਗੱਲ ਸੁਣ ਸਾਨੂੰ ਘਰੇ ਤਾਂ ਕਣਕ ਛੱਡਿਆ ਕਰੇ 20 ਜਾਣੇ ਆ 20 ਜਾਣਾ ਸਾਡੀ ਰੋਜੀ ਰੋਟੀ ਆ ਉਹ ਠੀਕ ਆ ਸਾਡਾ ਕੰਮ ਹੈ ਸਾਡੇ 20 ਜਾਣੇ ਦੇ ਘਰੇ ਉਹ ਕਣਕ ਛੱਡਿਆ ਕਰੇ 10-10,000 ਰੁਪਇਆ ਦੇ ਦੇ ਕਰੇ ਜਾਂ ਸਾਨੂੰ ਨੌਕਰੀ ਦਵਾ ਦੇ ਅਸੀਂ ਵੀਡੀਓ ਬਣਾਉਣ ਛੱਡ ਲਾਂਗੇ ਬੇਰੁਜ਼ਗਾਰ ਆ ਲੋਕ ਨਸ਼ੇ ਕਰੀ ਜਾਂਦੇ ਨੇ ਕੋਈ ਚਿੱਟਾ ਪੀਂਦਾ ਕੋਈ ਚੋਰੀਆਂ ਕਰਦਾ ਸਾਡਾ ਕੰਮ ਹੈ 20 ਜਾਣੇ ਨੂੰ ਰੁਜ਼ਗਾਰ ਦਿੱਤਾ ਸਾਨੂੰ ਜਦੋਂ ਨੌਕਰੀ ਦਵਾ ਦਿਓ ਜਾਂ ਸਾਨੂੰ 10-10,000 ਰੁਪਇਆ ਦੇ ਦਿਆ ਕਰੋ ਕਣਕ ਘਰੇ ਛੱਡਿਆ ਕਰੋ ਅਸੀਂ ਵੀਡੀਓ ਚੈਨਲ ਡਿਲੀਟ ਕਰ ਦਾਂਗੇ ਅਸੀਂ ਭੁੱਖੇ ਮਾਰਿਆ ਸਾਰਾ ਕੰਮ ਕਰਨਾ 20 ਬੰਦਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਜੇ ਉਹਨਾਂ ਨੂੰ ਐਵੇਂ ਵੀਡੀਓ ਬੰਦ ਕਰ ਦੇਣਾ ਤਾਂ ਸਾਰੇ ਇਕੱਠੇ ਹੋ ਕੇ ਸਾਨੂੰ 10-10,000 ਰੁਪਇਆ ਘਰੇ ਦੇ ਦਿਆ ਕਰੋ ਕਣਕ ਛੱਡ ਦਿਆ ਕਰੋ ਅਸੀਂ ਵੀਡੀਓ ਬੰਦ ਕਰਾਉਣੀ ਬੰਦ ਕਰ ਦਾਂਗੇ ਜਾਂ ਉਹਨੂੰ ਨੌਕਰੀ ਤੋਂ ਬਾਅਦ ਲੱਗਦਾ ਵੀ ਜਿਹੜੀ ਤਫਤੀਸ਼ ਹੋਊਗੀ ਕਹਿੰਦਾ ਵੀ ਹੋਰ ਬਹੁਤ ਕੁਝ ਨਿਕਲੂਗਾ ਬਹੁਤ ਫੋਟੀਆਂ ਹੋਰ ਬਹੁਤ ਬਹੁਤ ਗੱਲਾਂ ਬਾਤਾਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਨਾਂ ਦੇ ਨਾਲ ਦੇ ਬੰਦੇ ਉਹਨਾਂ ਦੇ ਗੱਲਾਂ ਬਾਤਾਂ ਦੱਸ ਰਹੇ ਨੇ ਠੀਕ ਹੈ ਵੀ ਇਹ ਇੱਦਾਂ ਇੱਦਾਂ ਬਹੁਤ ਕੁਝ ਕਰਦੇ ਨੇ ਬਹੁਤ ਲੋਕਾਂ ਤੋਂ ਰੁਪਏ ਲੈਂਦੇ ਨੇ ਇਹ ਜਾ ਕੇ 100 ਦੇ ਦਿੰਦਾ ਬੁੜੀ ਨੂੰ ਵੀਡੀਓ ਪਾ ਆਉਂਦਾ 100 ਰੁਪਏ ਦਾ 100 ਦੇ ਕੇ ਕਿਤੇ ਘਰ ਚੱਲ ਜੂ 100 ਰੁਪਏ ਇਹਦੀ ਵੀਡੀਓ ਚੈੱਕ ਕਰਿਓ
ਇਹ ਫੇਮ ਪਾਲਦਾ ਬੰਦਾ ਦੇ ਕੇ 100 ਰੁਪਏ ਦਾ ਸਵੈਟਰ ਪਾ ਕੇ ਬਾਬੇ ਦੇ ਬਾਬਾ ਸਵੈਟਰ ਕਿਵੇਂ ਲੱਗਿਆ ਤੇਰਾ ਵਧੀਆ ਲੱਗਿਆ ਤੇ ਵੀਡੀਓ ਚੈੱਕ ਕਰੋ 100-200 ਦਾ ਸਵੈਟਰ ਪਾ ਕੇ ਬਾਬਾ ਤੇਰਾ ਵੀਡੀਓ ਪਾ ਦੂ ਇਹ ਇਦਾਂ ਦਾ ਬੰਦਾ ਫੇਮ ਪਾਲਦਾ ਸੀਗਾ ਇਹਨੂੰ ਹੁਣ ਫੇਮ ਮਿਲ ਗਿਆ ਇਹਨੂੰ ਫੇਮ ਹੋਰ ਵੀ ਵਧੀਆ 14000 मर्जी पुछना मेरा पिंड कोई लांबा है कोई मैं नशा पता किया ठीक है पिंड सारा पिंड खड़ा गा हूँ जो मर्जी टाइम दस के आवे मैं इधर आ रहा जिद मर्जी आ सारा पिंड तेरे पिंड मैं घरे वड़ के कुटे 455 लगनी वो नहीं लाई अजे तक मेरा पर्स कढ़ के लेके मेरा मोबाइल कढ़ के लेके 17000 चोर बंदे ने मेरा आईफोन लेके ते मेरा पर्स लेके पुलिस ने ओ तारा लाई ओ तारा सी लवानी है ठीक है ते आईटी एक्टर वीडियो वायरल करी ओ नहीं लाया 4 तारा लग चुके ने बाकी तारा हे लाउनी है ब्यूरो रिपोर्ट फिल्मी तड़का।